ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਸਾਹਮਣੇ ਜੋ ਆਪਾਂ ਰੱਖ ਰਹੇ ਹਾਂ ਇਸ ਵੇਲੇ ਸਨੈਪਡੀਲ ਦਾ ਬਹੁਤ ਹੀ ਸੋਹਣਾ ਡੱਬਾ। ਇਹਦੇ ਉੱਤੇ ਟੇਪਾਂ ਲਾਈਆਂ ਹੋਈਆਂ, ਹੁਣ ਇਹ ਨਹੀਂ ਸਮਝ ਆ ਰਹੀ ਸਿੱਧੀ ਕਿਹੜੀ ਅਤੇ ਪੁੱਠੀ ਕਿਹੜੀ ਆ। ਅਤੇ ਇਸ ਵੇਲੇ ਮੇਰੇ ਹੱਥ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਸਨੈਪਡੀਲ ਵੱਲੋਂ ਇੱਕ ਬਾਕਸ ਆਇਆ, ਇਹਦੇ ਵਿੱਚ ਕਹਿੰਦੇ ਆ ਉਹਨਾਂ ਨੇ ਆਪਣੇ ਵੱਲੋਂ ਕੈਨਵਸ HD ਭੇਜਿਆ ਹੈ। ਹੁਣ ਆਪਾਂ ਖੋਲ੍ਹ ਕੇ ਦੇਖਾਂਗੇ ਕਿ ਬੇਸਿਕਲੀ ਵਿੱਚ ਹੈਗਾ ਕੀ ਆ। ਸੋ ਬੜੀ ਹੀ ਅੱਛੀ ਪੈਕਿੰਗ ਆ ਜੋ ਆਪਾਂ ਦੇਖ ਰਹੇ ਹਾਂ। ਇੱਥੋਂ ਥੋੜ੍ਹਾ ਜਿਹਾ ਪੈਕਿੰਗ 'ਚ ਡਿਫੈਕਟ ਲੱਗਾ, ਪਰ ਫਿਰ ਵੀ ਕੋਈ ਗੱਲ ਨਹੀਂ, 14,000 'ਚ ਇੰਨਾ ਕੁ ਜਾਇਜ਼ ਆ। ਸੋ ਹੁਣ ਆਪਾਂ ਖੋਲ੍ਹਣ ਲੱਗੇ ਹਾਂ। ਸੋ ਬੜੀ ਹੀ ਕਰੂਰਤਾ ਦੇ ਨਾਲ ਆਪਾਂ ਚਾਕੂ ਮਾਰ ਰਹੇ ਹਾਂ। ਸੋ ਹੁਣ ਆਪਾਂ ਬਹੁਤ ਹੀ ਅੱਛੀ ਜਿਹੀ ਫੀਲਿੰਗ ਆ ਰਹੀ ਆ, ਜਿੱਦਾਂ ਕਿ ਕੋਈ ਚੀਜ਼ ਨਵੀਂ ਖੋਲ੍ਹੀ ਹੋਵੇ ਅਸੀਂ। ਕਿਆ ਬਾਤ ਹੈ। ਸੋ ਹੈਪੀ ਬਰਥਡੇ ਟੂ ਯੂ। ਕੈਨਵਸ HD ਮਾਈਕਰੋਮੈਕਸ ਪਹਿਲਾ ਜਲੰਧਰ ਦੇ ਵਿੱਚ, ਅਤੇ ਇਹ ਨਾਲ ਇੱਕ ਇਹਨਾਂ ਨੇ ਬਿੱਲ ਦਿੱਤਾ ਪ੍ਰੋਪਰ, ਜਿਹਦੇ ਨਾਲ ਕਿ ਆਪਾਂ ਸਾਲ ਦੇ ਵਿੱਚ ਪੂਰਾ ਕਲੇਮ ਕਰ ਸਕਦੇ ਹਾਂ। ਜੇ ਕੋਈ ਵੀ ਬਾਈ ਚਾਂਸ ਖਰਾਬੀ ਆਏ, ਉਹਦਾ ਉਮੀਦ ਤਾਂ ਹੈਗੀ ਹੈ ਕਿ ਆਏਗੀ, ਜੋ ਕਿ ਮਾਈਕਰੋਮੈਕਸ ਦਾ ਬਹੁਤ ਹੀ ਅੱਛਾ ਰਿਸਪੋਂਸ ਰਿਹਾ ਹਜੇ ਤੱਕ। ਸੋ ਅੰਦਰ ਬਹੁਤ ਹੀ ਬੇਸ਼ੁਮਾਰ ਪੈਕਿੰਗ, ਇਹਦੇ ਵਿੱਚ ਆਪਾਂ ਨੂੰ ਬੇਸਿਕਲੀ ਕੀ ਮਿਲ ਰਿਹਾ ਹੈ, ਇੱਕ 1.2 GHz ਕੁਆਡ ਕੋਰ ਪ੍ਰੋਸੈਸਰ। ਕਿਆ ਬਾਤ ਹੈ, 14,000 ਦੇ ਵਿੱਚ ਐਡੀ ਵੱਡੀ ਚੀਜ਼। ਉਹਦੇ ਬਾਅਦ ਜੈਲੀ ਬੀਨ 4.1.2 ਫੁੱਲ ਟੱਚ। ਕਿਆ ਬਾਤ, ਬਹੁਤ ਹੀ ਅੱਛੇ ਅੱਛੇ ਫੀਚਰ। ਚਲੋ ਆਪਾਂ ਕੀ ਲੈਣਾ ਉੱਥੋਂ, ਫੀਚਰ ਤੁਹਾਨੂੰ ਪਤਾ ਹੀ ਹੋਣਾ, ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਹੋ। ਅਤੇ ਹੁਣ ਹੋਰ ਤਰ੍ਹਾਂ ਆਪਾਂ ਇਹਨੂੰ ਹੋਰ ਕਰੂਰਤਾ ਦੇ ਨਾਲ ਮਾਈਕਰੋਮੈਕਸ ਦੀ MDL ਦੇ ਰਹੇ ਹਾਂ। ਅਤੇ ਕਿਆ ਬਾਤ, ਵਾਹਿਗੁਰੂ ਮਿਹਰ ਕਰੀ। ਫਸਟ ਲੁੱਕ ਵਾਸਤੇ ਆਪਾਂ ਤਿਆਰ। ਕਿਆ ਬਾਤ ਹੈ, ਵਾਹ ਵਾਹ, ਬਹੁਤ ਹੀ ਦਿਲ ਖੁਸ਼ ਕਰਦੇ ਹੋਏ ਮੇਰੇ ਦਰਸ਼ਕ ਮੇਰੇ ਨਾਲ ਜਿਹੜੇ ਦੇਖ ਰਹੇ ਨੇ। ਕਿਆ ਬਾਤ ਹੈ, 3 ਮਹੀਨੇ ਤੋਂ ਵੇਟ ਕਰ ਰਹੇ, 3 ਮਹੀਨੇ ਤੋਂ ਰੀਸੈਂਟਲੀ ਆਪਾਂ ਬਹੁਤ ਹੀ ਕਸਟਮਰ ਕੇਅਰਸ ਦਾ ਨਾਮ ਤੱਕ ਚੇਤੇ ਹੋ ਗਿਆ ਸਾਨੂੰ। ਆਪਾਂ ਇੱਕ ਵਾਰੀ ਅੰਕਿਤ ਨਾਲ ਗੱਲ ਕੀਤੀ, ਇੱਕ ਵਾਰੀ ਹੋਰ ਕਿਸੇ ਨਾਲ ਵੀ, ਅਤੇ ਇਹ ਬੇਸਿਕਲੀ ਨਾਲ ਉਹ ਦੇ ਰਹੇ ਆ ਸਾਨੂੰ ਇੱਕ ਬੈਟਰੀ। ਕਿਆ ਬਾਤ ਹੈ, ਕੈਡਬਰੀ ਦੇ ਵੱਡੇ ਚੋਕਲੇਟ ਦੇ ਸਾਈਜ਼ ਦੀ, ਕਾਫੀ ਅੱਛੀ ਲੱਗ ਰਹੀ ਹੈ, ਬਾਕੀ ਟੇਸਟ ਦਾ ਪਤਾ ਨਹੀਂ ਅਜੇ ਕੀ ਹੁੰਦਾ। ਇੱਕ ਚਾਰਜਰ, ਏਅਰਫੋਨਸ ਜੋ ਕਿ ਆਈਫੋਨ ਦੀ ਕਾਪੀ ਹੈ, ਕੁਆਲਿਟੀ ਦਾ ਕੁਛ ਕਹਿ ਨਹੀਂ ਸਕਦੇ। ਅਤੇ ਉਹਦੇ ਬਾਅਦ ਇੱਕ USB ਕੇਬਲ ਜੋ ਕਿ ਦੇਖਣ 'ਚ ਪੂਰੀ ਕਾਲੀ, ਬਾਕੀ ਮਾਈਕਰੋਮੈਕਸ ਆਪਣੀ ਤਾਰੀਫ ਕਰਦੇ ਹੋਏ ਆਪ ਹੀ। ਚਲੋ ਦੇਖਦੇ ਹਾਂ, ਵਟਐਵਰ, ਠੀਕ ਹੈ ਜੀ। ਹੁਣ ਆਪਾਂ ਫਸਟ ਲੁੱਕ ਲੈ ਰਹੇ ਹਾਂ। ਕਿਆ ਬਾਤ ਹੈ, ਤੁਸੀਂ ਦੇਖ ਸਕਦੇ ਹੋ ਕਿ ਇਹਦੇ ਉੱਤੇ ਸ਼ਾਈਨ ਆਉਂਦੀ ਹੋਈ ਹੈ, ਬਿਲਕੁਲ ਲਾਈਟ ਲਾਈਟ ਜੀ, ਬਹੁਤ ਹੀ ਸੋਹਣੀ ਲੱਗ ਰਹੀ ਹੈ। LED ਫਲੈਸ਼, ਕਿਆ ਬਾਤ ਹੈ, ਮਰਕਰੀ ਆਪਾਂ ਇਹੀ ਲਵਾਉਣੀ ਹੈ ਐਤਕੀ। ਕੈਮਰਾ ਬਹੁਤ ਹੀ ਸੋਹਣਾ, ਇੱਥੇ ਸਪੀਕਰ ਦਿੱਤਾ ਹੈ, ਅਤੇ ਸਾਈਡ 'ਤੇ ਔਨ ਆਫ ਦਾ ਬਟਨ। ਫਰੰਟ ਬਹੁਤ ਹੀ ਸੋਹਣਾ, 2 MP ਉੱਪਰ ਕੈਮਰਾ, ਵੋਲੀਅਮ ਰੋਕਰ ਆ, ਮਾਈਕਰੋ USB ਕੇਬਲ, ਅਤੇ ਏਅਰਫੋਨ ਵਾਸਤੇ 3.5 mm ਜੈਕ। ਸੋ ਹੁਣ ਆਪਾਂ ਇਹਨੂੰ ਹੋਰ ਕਰੂਰਤਾ ਨਾਲ ਖੋਲ੍ਹ ਲਗੇ ਹਾਂ। ਪਲਾਸਟਿਕ ਆ, ਕਾਫੀ ਅੱਛਾ ਯੂਜ ਕੀਤਾ ਇਹਨਾਂ ਨੇ। ਕੈਡਬਰੀ ਕਿੱਥੇ ਆ, ਕਿਆ ਬਾਤ, ਸੈਮਸੰਗ ਪਾਉਣੇ ਕਹਿੰਦੇ। ਸੋ ਮਾਈਕਰੋ, ਜੋ ਸਾਨੂੰ ਸ਼ੱਕ ਸੀਗਾ ਕਿ ਵਿੱਚ ਮਾਈਕਰੋ ਸਿਮ ਪਏਗਾ, ਉਹ ਬਿਲਕੁਲ ਨਹੀਂ ਸਹੀ ਰਿਹਾ ਸਾਡਾ। ਹੁਣ ਵੀਡੀਓ ਕੌਣ ਸਿਗਨਲ ਪਤਾ ਨਹੀਂ ਕਿੱਦਾਂ ਦੇ ਫੜੇ, ਬੈਟਰੀ ਕੱਢ ਕੇ ਪਾਉਣਾ ਆ। ਨਹੀਂ ਜੀ, ਨਹੀਂ ਬਿਲਕੁਲ ਨਹੀਂ, ਇੱਦਾਂ ਵੀ ਪੈ ਜੂਗਾ। ਉਹਨਾਂ ਦੇ ਵਿੱਚ ਜੋ ਆਪਸ਼ਨ ਆਪਾਂ ਦੇਖ ਰਹੇ ਹਾਂ ਕੀ ਗਿਵਨ ਆ, ਮਾਈਕਰੋ SD ਕਾਰਡ ਦੋ, ਉਹ ਚੱਲ ਪਿਆ। ਇਹ ਤਾਂ ਗੱਲ ਗਲਤ ਆ ਬਾਈ, ਇਹ ਤਾਂ ਗੱਲ ਗਲਤ ਆ, ਸਾਡੇ ਤੋਂ ਜ਼ਿਆਦਾ ਤਾਂ ਮਾਈਕਰੋਮੈਕਸ ਵਾਲੇ ਨੂੰ ਅੱਗ ਲੱਗੀ ਹੋ। ਸੋ ਆਪਾਂ ਸਟਾਰਟ ਕਰਦੇ ਹਾਂ ਇੰਗਲਿਸ਼, ਬਿਲਕੁਲ ਜੋ ਕਿ ਆਪਾਂ ਨੂੰ ਬਿਲਕੁਲ ਸਮਝ ਨਹੀਂ ਆਉਂਦੀ, ਪਰ ਫਿਰ ਵੀ ਆਪਾਂ ਟਰਾਈ ਕਰਾਂਗੇ। ਜਸਟ ਸੈਕਿੰਡ,
क्या बात है, एक सेकंड कह के साडे नाल झूठ बोलदे होए असले। सो जो एक्सपेक्टेड सीगा कि नाल एक ऊपर स्क्रैच कार्ड दऊंगे वो अपन नु मिलया नहीं, सो मैं सेट वापस करना चाहूंगा इहदे वास्ते। तो उदा जनरली आप गल करिए कि सैट के उत्ते बहुत ही जिदा स्विफ्ट के उत्ते शाइनिंग शाइनिंग हैगी है, उस टाइप के मटैलिक की लुक दिती है, आवाज़ चंगी कड़ता है, तबली तरह यूज़ कर सकते आप, हजे भी कोई रिस्पोंस नहीं सैट वालों। मेरा कैमरामैन हाथ थकता हो थका होया थोड़ा जहा ऑकवर्ड जहा फील करता होया, ऑटोमैटिकली ऑन हो गया, जो कि आप अजे तक आप समझ नहीं पा रहे कि चीज़ की है। हो जा यार हो जा, जस्ट सैकेंड भाई तुहाडे सामने आ झूठ बोल रहा, तो कैमरे के उत्तों कवर कवर लाना है आप कोई? नहीं नहीं बिल्कुल नहीं। यू नीड टू रेफर द सिम कार्ड इंस्ट्रक्शन दैट केम विद द फोन, ओके स्किप, डोंट अंडरस्टैंड व्हाट ही वांट्स टू से, तो से क्लीन इंग्लिश वही तो ही हूँ तुम की गई अकाउंट आप बिल्कुल नहीं बनाना चाहूँगे असले। ओ क्या बात है, नोट नाउ, बिल्कुल सही, बहुत ही समझदार फोन। करंट डेट टाइम आई डोंट केयर, फर्स्ट नेम नैक्सट नैक्सट नैक्सट, क्या बात है। सो फाइनली ओहो सारे ना पहली चीज़ जो आप करना चाहवागे यदी ब्राइटनेस आप चकूँगे, क्या बात हूँ तेरे सामने जो भी मैं पेश कर रहा, इन्नी ब्राइट स्क्रीन फुल एच डी, ओह माय गॉड, बेशुमार खाली गैलरी देंदे हुए माइक्रोमैक्स वाले, थोड़ी भी इन्हें शर्म नहीं हैगी। हाँ जी सानू सिखा रहे हो यार, की समझिया की होया तुसीं सानू, सही गल, क्रिकेट फीवर पहले ही ऑलरेडी इंस्टॉल्ड आ माइक्रोमैक्स वाले ने। सो हुण आपां बेसिकली सैटिंग्स दे विच जावांगे, सैटिंग दे विच अबाउट फोन, जो कि आपां तीन चार रिव्यूज से देखिया सीगा कि बहुत ही अच्छी चीज़ दिखा रहे है माइक्रोमैक्स 116A। तो हुण ठीक आ, हुण नाइस आ, बाकी अपने अपने रिव्यूज तुसीं दईओ, तो कैमरा चैक कराऊंगे तुहानूं जरूर इस लई आपां ठीक आ। सो हम एक जिदा मैं तुहाडे सामने एक पिक लैके दिखाऊंगा, इहनूं आपां कांटा कहिंदे आ, जिहदे नाल कि नूडल खाधे जांदे आ, फोटो खिंची गई तो सानूं पता भी नहीं लगा इहो जिही बेवफाई है माइक्रोमैक्स ही कर सकदा, पर कलैरिटी जो कि मैं कहूँगा कि बहुत ही अच्छी है, लोकां दी माता याद करदी हुई उन्होंने, क्या बात है, गलबात जी कैमरे की बिल्कुल नाइस आ। तो एक जो हर ना वड्डा शक सीगा कि वीडियो फॉरमेट ये किहड़ा बनाऊगा, ठीक है ये हुण आपां नूं कित्थों पता लगेगा वीडियो फॉरमेट का, दस ही नहीं सकते। चलो आप अगली बार तुहानूं देख के दसूंगे, बाकी बहुत ही अच्छा फोन है। Hello? अपने अपने व्यूज दियो, ओके बाय बाय, टेक केयर। हेलो हेलो।